ਬੀਬੀ ਰਮਨਦੀਪ ਕੌਰ ਪਿੰਡ ਮਹਿਮੂਦਪੁਰ ਤੇਰੇ ਡੇਰੇ ਚ ਆਈ ਤੇਰੇ ਨਾਲ ਵਿਆਹ ਕਰਾਉਣ ਪਰ ਤੁਸੀਂ ਤੂੰ ਵਿਆਹ ਕਰਾਉਣ ਨੂੰ ਮਨਾ ਕਰਦਾ ਠੀਕ ਆ ਪਰ ਤੇਰੇ ਡੇਰੇ ਚ ਰਹੀ ਤੂੰ ਵੀ ਤੇ ਤੇਰੇ ਚੇਲੇ ਚਹਿਲ ਕੋਠੀ ਜਿਹੜੀ ਹੈ ਉਹਦੇ ਵਿੱਚ ਉਹਨੂੰ ਖੜਦੇ ਰਹੇ ਕਿ ਨਹੀਂ ਖੜਦੇ ਰਹੇ ਜਦੋਂ ਗਰਭਵਤੀ ਹੋ ਗਈ ਉਹਨੇ ਤੈਨੂੰ ਆ ਕੇ ਦੱਸਿਆ ਕਿ ਇੱਦਾਂ ਇੱਦਾਂ ਦੀ ਗੱਲ ਆ ਤੂੰ ਇੱਕ ਆਪਣੇ ਚੇਲੇ ਨੂੰ ਜ਼ੋਰ ਵੀ ਲਾਇਆ ਕਿ ਵਿਆਹ ਕਰਾਉਣ ਪਰ ਉਹਨੇ ਮਨਾ ਕਰ ਦਿੱਤਾ ਰਜਿੰਦਰਾ ਹਸਪਤਾਲ ਜਿੱਥੇ ਇਹਦੀ ਜਾਂਚ ਹੋਈ ਉੱਥੇ ਦੀ ਨਰਸ ਗੁਰਪ੍ਰੀਤ ਕੌਰ ਜਿਹਨੂੰ ਤੂੰ ਸੱਦਿਆ ਕਿ ਇਹ ਗਰਭਵਤੀ ਹੋ ਗਈ ਆ ਤੇ ਬੱਚੇ ਨੂੰ ਖਤਮ ਕਰਨਾ ਵਾ ਕਿ ਉਹਨੇ ਇਹਨੂੰ ਸਮਝਾਇਆ ਉਹ ਨਹੀਂ ਮੰਨੀ ਆਉਂਦੀ ਮੈਂ ਤਾਂ ਨਹੀਂ ਮੰਨਣਾ ਮੈਂ ਤਾਂ ਵਿਆਹ ਕਰਾਉਣਾ ਉੱਥੇ ਕੋਕ 'ਚ ਜ਼ਹਿਰ ਪਾ ਕੇ ਤੁਸੀਂ ਦਿੱਤਾ ਕਿ ਨਹੀਂ ਦਿੱਤਾ ਤੇ ਉਹਦੇ ਬਾਅਦ ਤੂੰ ਟੀਕੇ ਲਵਾਉਣੇ ਸ਼ੁਰੂ ਕੀਤੇ ਕਾਮ ਰੁਕਣ ਵਾਸਤੇ ਮੈਂ ਟੈਸਟ ਕਰਾਊਂਗਾ ਕਿ ਮੈਂ ਤਾਂ ਜੀਬੇ ਅੰਗਮ ਚੋਰਿਆ ਤੂੰ ਸੰਗਤ ਦੇ ਪੈਸੇ ਨਾਲ ਆਪਣੇ ਦੋਸ਼ ਢੱਕਣਿਆ 680,000 ਰੁਪਇਆ ਉਹਦੇ ਘਰ ਪਹੁੰਚਾਉਣਾ ਕੀਤਾ ਤੂੰ ਕਹਿੰਦਾ ਨਾ ਮੇਰਾ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ ਜਿਹੜੀ ਤੂੰ ਚੋਰਿਆ 6-7 ਕਰੋੜ ਦੀ ਆਪਣੇ ਪਿਓ ਨੂੰ ਕੋਠੀ ਪਾ ਕੇ ਦਿੱਤੀ ਤੂੰ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ ਕਿ ਤੇਰੇ ਪਿਓ ਦੇ ਨਾਮ ਆ ਮਾਤਾ ਭਾਗ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਜੋ ਇਲਜ਼ਾਮ ਲਾਏ ਨਾ ਸੱਚੀ ਜਾਣੀ ਢੱਡਰੀ ਦਸ ਨੰਬਰ ਦੀ ਜੁੱਤੀ ਆਉਂਦੀ ਆ ਪੌਣਾ ਫੁੱਟ ਦਾ ਤੂੰ ਪਹਿਲੋਂ ਆ ਮੇਰਾ ਜੀ ਕਰਦਾ ਮਾਰ ਮਾਰ ਕੇ ਤੈਨੂੰ ਨਾ ਅੱਧਾ ਫੁੱਟ ਹੋਰ ਘੱਟ ਕਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਰਿਲੀਜ਼ ਹੋਇਆ ਸੀ ਜੱਟੀ ਜਿਉਣੇ ਮੋੜ ਵਰਗੀ ਜਿਸ ਤੋਂ ਬਾਅਦ ਇਸ ਗੀਤ ਵਿੱਚ ਮਾਈ ਭਾਗੋ ਜੀ ਦੇ ਨਾਮ ਦੀ ਵਰਤੋਂ ਕਰਨ ਕਰਕੇ ਮੂਸੇਵਾਲੇ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਇਸ ਵਿਰੋਧ ਤੋਂ ਬਾਅਦ ਮੂਸੇਵਾਲੇ ਨੇ ਉਸੇ ਸਮੇਂ ਸੋਸ਼ਲ ਮੀਡੀਆ ਤੇ ਲਾਈਵ ਹੋ ਮਾਫੀ ਮੰਗ ਲਈ ਸੀ ਫਿਰ ਲੱਖੇ ਸਧਾਣੇ ਵੱਲੋਂ ਮੂਸੇਵਾਲੇ ਦੇ ਘਰ ਅੱਗੇ ਜਾ ਧਰਨਾ ਲਾਇਆ ਗਿਆ ਜਿਸ ਤੋਂ ਬਾਅਦ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸਿੱਧੂ ਦੀ ਹਮਾਇਤ ਕਰਦਿਆਂ ਕਿਹਾ ਸੀ ਕਿ ਸਿੱਧੂ ਨੇ ਆਪਣੀ ਗਲਤੀ ਦੀ ਮਾਫੀ ਮੰਗ ਲਈ ਹੈ ਤੇ ਹੁਣ ਸਾਨੂੰ ਉਸਦਾ ਵਿਰੋਧ ਨਹੀਂ ਕਰਨਾ ਚਾਹੀਦਾ ਤੇ ਉਹਨਾਂ ਨੇ ਕਿਹਾ ਕਿ ਮਾਈ ਭਾਗੋ ਜੀ ਬਾਰੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਹ ਵੀ ਲਿਖਿਆ ਹੈ ਕਿ ਮਾਈ ਭਾਗੋ ਨਗਰ ਰਹਿੰਦੀ ਸੀ ਆ ਇੱਕ ਗੀਤ ਨਹੀਂ ਚੱਲ ਮੁੰਡੇ ਦਾ ਰੌਲਾ ਪਿਆ ਹੋਇਆ ਗਾਉਣ ਵਾਲਾ ਜਿਹੜਾ ਕੋਈ ਨੌਜਵਾਨ ਹੈ ਉਹਦਾ ਕਿੰਨਾ ਰੌਲਾ ਪਿਆ ਕਹਿੰਦੇ ਜੀ ਉਹਨੇ ਗੀਤ ਗਾਤਾ ਮਾਈ ਭਾਗੋ ਬਾਰੇ ਬੋਲਤਾ ਤੇ ਸਾਰੇ ਕਹਿੰਦੇ ਨਾ ਮਾਫੀ ਮੰਗ 5-7 ਜਣਿਆਂ ਨੇ ਰੌਲਾ ਪਾਇਆ ਉਹਨੇ ਦੁਪਹਿਰੇ ਮੈਨੂੰ ਲੱਗਦਾ ਕੱਲ 12 ਵਜੇ ਨੂੰ ਮੰਗ ਲਈ ਸੀ ਮਾਫੀ ਸਵੇਰੇ ਸ਼ੁਰੂ ਹੋਇਆ 6 ਘੰਟਿਆਂ 'ਚ ਉਹਨੇ ਮਾਫੀ ਮੰਗ ਲਈ ਵੀ ਮੈਂ ਗਲਤ ਬੋਲਿਆ ਗਿਆ ਮੇਰੇ ਤੋਂ ਪਰ ਇੱਕ ਗੱਲ ਸੋਚ ਕੇ ਵੇਖੋ ਉਹਨੇ ਜੋ ਬੋਲਿਆ ਜੋ ਕਿਹਾ ਮਾਈ ਭਾਗੋ ਬਾਰੇ ਵੱਖਰਾ ਚੈਪਟਰ ਹੈ ਉਹਨੇ ਫੱਟ ਮਾਫੀ ਮੰਗ ਲਈ ਵੀ ਜੇ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਮੈਂ ਮਾਫੀ ਮੰਗਦਾ ਪਰ ਇਹ ਕੁਆਲਿਟੀ ਇੱਕ ਗਾਉਣ ਵਾਲੇ ਵਿੱਚ ਤੇ ਹੈ ਜਿਹੜਾ ਕਹਿੰਦਾ ਮੈਂ ਮਾਫੀ ਮੰਗਦਾ ਕਹਿੰਦਾ ਉਹ ਮੈਂ ਮਾਫੀ ਮੰਗਦਾ ਪਰ ਮੈਂ 5 ਅਗਸਤ 2017 ਵਿੱਚ ਦੱਸਿਆ ਸੀ 5 ਅਗਸਤ 2017 ਵਿੱਚ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਦੀਵਾਨ ਦੇ ਵਿੱਚ ਮੈਂ ਬੋਲਿਆ ਸੀ ਕਿ ਮਾਈ ਭਾਗੋ ਨੂੰ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਹ ਲਿਖਿਆ ਕਿ ਮਾਈ ਭਾਗੋ ਇੱਕ ਵੀ ਕੱਪੜਾ ਨਹੀਂ ਸੀ ਬਿਲਕੁਲ ਨਗਨ ਰਹਿੰਦੀ ਸੀ ਗੁਰੂ ਗੋਬਿੰਦ ਸਿੰਘ ਨਾਲ ਮੰਨਦੇ ਹੋ ਵੀ ਕਈ ਮਹੀਨੇ ਨਗਨ ਰਹੀ ਤੁਸੀਂ ਮੰਨਦੇ ਹੋ ਕਿ ਮਾਈ ਭਾਗੋ ਨਗਨ ਹੋ ਕੱਪੜਿਆਂ ਤੋਂ ਬਿਨਾਂ ਹੀ ਬੋਲੋ ਤੇ ਇਹ ਸਾਡੇ ਜਿਹੜੇ ਆਗੂ ਹੈ ਕਥਾਵਾਚਕ ਹੈ ਜਿਹੜੇ ਸੰਤੋਖ ਸਿੰਘ ਨੂੰ ਪ੍ਰਮੋਟ ਕਰਦੇ ਆ ਮਾਫੀ ਕਿਤੇ ਮੰਗਣਗੇ ਇਸ ਬਿਆਨ ਤੋਂ ਬਾਅਦ ਉਹਨਾਂ ਦਾ ਕਾਫੀ ਵਿਰੋਧ ਹੋਣ ਲੱਗਿਆ ਤੇ ਇੱਕ ਲੜਕੀ ਵੱਲੋਂ ਢੱਡਰੀਆਂ ਵਾਲੇ ਤੇ ਬਲਾਤਕਾਰ ਦੇ ਆਰੋਪ ਵੀ ਲਾਏ ਗਏ ਪੂਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸੇ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜੋ ਮਾਤਾ ਭਾਗ ਜੀ ਕੌਰ ਬਾਰੇ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਆ ਉਹਦਾ ਫਾਇਦਾ ਚੁੱਕਦੇ ਹੋਏ ਢੱਡਰੀ ਸਾਧ ਨੇ ਲੱਖਾਂ ਰੁਪਈਆ ਕਮਾ ਲਏ ਪਰ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਵੀ ਇਹਨੇ ਲੱਖਾਂ ਰੁਪਈਏ ਕਮਾ ਲਏ ਪਰ ਇਹਨੇ ਜਿਹੜੀ ਨੀਚ ਹਰਕਤ ਕੀਤੀ ਹੈ ਨਾ ਦੋ ਕੌੜੀ ਦੇ ਇਨਸਾਨ ਨੇ ਚੱਲ ਦੋ ਕੌੜੀਆਂ 'ਤੇ ਤੂੰ ਵੇਖ ਸਕਦਾ ਤੂੰ ਪੈਸੇ ਜਿੰਨੇ ਮਰਜ਼ੀ ਕਮਾ ਸਾਨੂੰ ਉਹਨਾਂ ਦਿੱਕਤ ਨਹੀਂ ਹੈ ਪਰ ਤੂੰ ਜਿਹੜੀ ਮਾਤਾ ਭਾਗ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਜੋ ਇਲਜ਼ਾਮ ਲਾਏ ਨਾ ਸੱਚੀ ਜਾਣੀ ਢੱਡਰੀ ਕਿਉਂਕਿ ਗੁਰੂ ਸਾਡੇ ਵਾਸਤੇ ਪਹਿਲੋਂ ਆ ਦੁਨੀਆ ਅਤੇ ਆ ਸਾਰੀ ਚੀਜ਼ ਸਾਡੇ ਤੋਂ ਵਾਸਤੇ ਬਾਅਦ ਆ ਸਿੱਖਾਂ ਵਾਸਤੇ ਸੱਚੀ ਜਾਣੀ ਮੈਨੂੰ 10 ਨੰਬਰ ਦੀ ਜੁੱਤੀ ਆਉਂਦੀ ਆ ਪੌਣਾ ਫੁੱਟ ਦਾ ਤੂੰ ਪਹਿਲੋਂ ਆ
ਮੈਂ ਜੀ ਕਰਦਾ ਮਾਰ ਮਾਰ ਕੇ ਤੈਨੂੰ ਨਾ ਅੱਧਾ ਫੁੱਟ ਹੋਰ ਘੱਟ ਕਰਦਾ, ਪੌਣਾ ਫੁੱਟ ਦਾ ਹੈਗਾ ਤੂੰ ਅੱਧਾ ਫੁੱਟ ਤੈਨੂੰ ਹੋਰ ਘੱਟ ਕਰਦਾ, ਮਾਰ ਮਾਰ ਜੁੱਤੀ ਤਾਹ ਨੰਬਰ ਦੀ ਆਉਂਦੀ ਮੈਨੂੰ। ਤੇ ਫਿਰ ਤੈਨੂੰ ਉਹ ਬਿੱਟੂ ਚੁੱਕਦਾ ਰਵੇ ਤੇ ਤੈਨੂੰ ਸਟੇਜਾਂ 'ਤੇ ਹੀ ਚੜ੍ਹਾਉਂਦਾ ਰਵੇ, ਕਿਉਂਕਿ ਤੂੰ ਬਿਨਾਂ ਹੱਥ ਫੜੇ ਚੜ੍ਹ ਨਹੀਂ ਸਕਦਾ। ਚੋਰਿਆ ਸ਼ਰਮ ਖਾਧਿਆ, ਚੱਲ ਅੱਜ ਮਾਤਾ ਭਾਗ ਕੌਰ ਜੀ ਬਾਰੇ ਛੱਡ, ਅੱਜ ਤੇਰੇ ਗੱਲ ਕਰਦੇ, ਤੇਰੇ ਡੇਰੇ 'ਚ ਕੁੜੀਆਂ ਨਾਲ ਕੀ ਹੁੰਦਾ, ਬੀਬੀਆਂ ਨਾਲ ਕੀ ਹੁੰਦਾ, ਠੀਕ ਹੈ। ਹਰ ਇੱਕ ਬਹੁਤ ਰੌਲਾ ਪਾਉਂਦਾ ਨਾ, ਗੁਰੂ ਨਾਨਕ ਦੇਵ ਮਹਾਰਾਜ ਨੇ ਇੱਦਾਂ ਆਖਿਆ, ਉਹ ਆਖਿਆ, ਅਸੀਂ ਤੇਰੇ ਡੇਰੇ ਦੀ ਗੱਲ ਕਰਦੇ ਹਾਂ, ਠੀਕ ਹੈ। ਤੈਨੂੰ ਯਾਦ ਹੋਣਾ ਤੇਰੇ ਡੇਰੇ 'ਚ ਇੱਕ ਬੀਬੀ ਆਈ ਸੀ, ਬੀਬੀ ਰਮਨਦੀਪ ਕੌਰ, ਤੇਰੇ ਨਾਲ ਵਿਆਹ ਕਰਾਉਣ ਵਾਸਤੇ, ਠੀਕ ਹੈ। ਮੈਂ ਥੋੜ੍ਹਾ ਜਿਹਾ ਕਰ ਲਾਂ ਡਿਟੇਲ, ਕਿਉਂਕਿ ਕੋਈ ਗੱਲ ਝੂਠੀ ਹੋ ਜੇ ਤਾਂ ਤੂੰ ਚੀਕਾਂ ਮਾਰ ਲੈਣਾ, ਇਸ ਕਰਕੇ ਮੈਂ ਕੋਸ਼ਿਸ਼ ਕਰੂੰਗੀ ਸਾਰੀ ਚੀਜ਼ ਸਹੀ ਸਹੀ ਦੱਸਾਂ। ਬੀਬੀ ਰਮਨਦੀਪ ਕੌਰ, ਪਿੰਡ ਮਹਿਮੂਦਪੁਰ, ਠੀਕ ਹੈ, ਫਿਰ ਨੋਟ ਕਰ ਲਾ, ਬੀਬੀ ਰਮਨਦੀਪ ਕੌਰ ਪਿੰਡ ਮਹਿਮੂਦਪੁਰ, ਤੇਰੇ ਡੇਰੇ 'ਚ ਆਈ ਤੇਰੇ ਨਾਲ ਵਿਆਹ ਕਰਾਉਂਦਾ, ਪਰ ਤੂੰ ਵਿਆਹ ਕਰਾਉਣ ਨੂੰ ਮਨਾ ਕਰਦਾ, ਠੀਕ ਹੈ, ਪਰ ਤੇਰੇ ਡੇਰੇ 'ਚ ਰਹੀ ਤੂੰ ਵੀ ਅਤੇ ਤੇਰੇ ਚੇਲੇ, ਉਹਨਾਂ ਕੀ ਕੁਕਰਮ ਕਰਦੇ ਰਹੇ, ਤੇਰੇ ਚੇਲੇ ਚਹਿਲ ਕੋਠੀ ਜਿਹੜੀ ਹੈ ਨਾ ਉਹਦੇ ਵਿੱਚ ਉਹਨੂੰ ਖੜਦੇ ਰਹੇ ਕਿ ਨਹੀਂ ਖੜਦੇ ਰਹੇ, ਸਾਰਾ ਕੁਛ ਤੇਰੇ ਚੇਲਿਆਂ ਨੂੰ ਵੀ ਪਤਾ ਵਾ, ਸਾਰਿਆਂ ਨੂੰ ਪਤਾ ਚਹਿਲ ਕੋਠੀ, ਠੀਕ ਹੈ, ਉੱਥੇ ਜਾ ਕੇ ਕੀ ਕੁਕਰਮ ਕਰਦੇ ਰਹੇ ਉਸ ਬੀਬੀ ਰਮਨਦੀਪ ਕੌਰ ਨਾਲ, ਕਿੰਨੇ ਚੇਲੇ ਤੇਰੇ ਇਹ ਵੀ ਤੈਨੂੰ ਚਲੋ ਦੱਸ ਦਾਂਗੇ ਟਾਈਮ ਆਉਣ 'ਤੇ, ਪਰ ਤੈਨੂੰ ਤਾਂ ਸਾਰਾ ਕੁਛ ਪਤਾ ਹੈ ਨਾ, ਉੱਚੋਂ ਕਈ ਹੁਣ ਤੇਰੇ ਬਾਹਰ ਵੀ ਸੈੱਟ ਆ ਚੇਲੇ ਜਿਹੜੇ, ਜੋ ਇੱਥੇ ਉਹਨਾਂ ਨੂੰ ਪਈਆਂ ਨਾ ਜੁੱਤੀਆਂ ਅਤੇ ਫਿਰ ਤੂੰ ਬਾਹਰ ਸੈੱਟ ਕਰਾਤੇ, ਅਤੇ ਉਹ ਜਦੋਂ ਕੋਠੀ 'ਚ ਜਾ ਕੇ ਕੁਕਰਮ ਕਰਦੇ ਰਹੇ ਤਾਂ ਫਿਰ ਉਹ ਹੋ ਗਈ ਗਰਭਵਤੀ, ਠੀਕ ਹੈ। ਉਹਦੇ ਬਾਅਦ ਜਦੋਂ ਗਰਭਵਤੀ ਹੋ ਗਈ ਉਹਨੇ ਤੈਨੂੰ ਆ ਕੇ ਦੱਸਿਆ ਕਿ ਇੱਦਾਂ ਇੱਦਾਂ ਦੀ ਗੱਲ ਆ, ਅਤੇ ਤੂੰ ਇੱਕ ਆਪਣੇ ਚੇਲੇ ਨੂੰ ਜ਼ੋਰ ਵੀ ਲਾਇਆ ਕਿ ਵਿਆਹ ਕਰਾਉਣ, ਉਹਦਾ ਨਾਮ ਵੀ ਤੈਨੂੰ ਦੱਸਾਂਗੇ ਟਾਈਮ ਆਉਣ 'ਤੇ, ਤੈਨੂੰ ਉਹਦਾ ਨਾਮ ਵੀ ਦੱਸਾਂਗੇ ਤੂੰ ਕਿਹਨੂੰ ਜ਼ੋਰ ਲਾਇਆ ਕਿ ਇੰਨਾ ਵਿਆਹ ਕਰਾ ਲਾ, ਪਰ ਉਹਨੇ ਮਨਾ ਕਰ ਦਿੱਤਾ, ਮਨਾ ਕਰਤਾ। ਤੇਰੇ ਜਿੰਨੇ ਚੇਲੇ ਸੀ ਵੈਸੇ ਤੂੰ ਇੱਕ ਨੂੰ ਜ਼ਿਆਦਾ ਜ਼ੋਰ ਲਾਇਆ, ਬਾਕੀਆਂ ਨੂੰ ਤੂੰ ਆਖਿਆ ਇੱਕ ਨੇ ਜਿਹਨੂੰ ਤੂੰ ਜ਼ਿਆਦਾ ਜ਼ੋਰ ਲਾਇਆ ਉਹਨੇ ਮਨਾ ਕਰਤਾ। ਉਹਦੇ ਬਾਅਦ ਰਜਿੰਦਰਾ ਹਸਪਤਾਲ ਜਿੱਥੇ ਇਹਦੀ ਜਾਂਚ ਹੋਈ, ਉੱਥੇ ਦੀ ਨਰਸ ਗੁਰਪ੍ਰੀਤ ਕੌਰ ਜਿਹਨੂੰ ਤੂੰ ਸੱਦਿਆ ਕਿ ਇਹ ਗਰਭਵਤੀ ਹੋ ਗਈ ਆ ਤਾਂ ਬੱਚੇ ਨੂੰ ਖਤਮ ਕਰਨਾ ਵਾ, ਉਹ ਤੇਰੇ ਡੇਰੇ 'ਚ ਆਈ ਉਹਨੇ ਇਹਨੂੰ ਸਮਝਾਇਆ, ਜਦੋਂ ਉਹ ਨਹੀਂ ਮੰਨੀ ਆਉਂਦੀ ਮੈਂ ਤਾਂ ਨਹੀਂ ਮੰਨਣਾ ਮੈਂ ਤਾਂ ਵਿਆਹ ਕਰਾਉਣਾ ਕਰਾਉਣਾ, ਫਿਰ ਤੂੰ ਉਹਨੂੰ ਆਪਣੇ ਡੇਰੇ 'ਚੋਂ ਧੱਕੇ ਮਾਰੇ। ਆ ਬੀਬੀ ਗੁਰ ਨਰਸ ਜਿਹੜੀ ਗੁਰਪ੍ਰੀਤ ਕੌਰ ਆ ਇਹ ਉਹਨੂੰ ਦੂਜੇ ਕਮਰੇ 'ਚ ਲੈ ਗਈ, ਉੱਥੇ ਕੋਕ 'ਚ ਜ਼ਹਿਰ ਪਾ ਕੇ ਤੁਸੀਂ ਦਿੱਤਾ ਕਿ ਨਹੀਂ ਦਿੱਤਾ, ਉਹਦੀ ਪੋਸਟਮਾਰਟਮ ਰਿਪੋਰਟ ਸਾਰੀ ਇਹ ਰਜਿੰਦਰਾ ਹਸਪਤਾਲ 'ਚ ਅੱਜ ਵੀ ਜਾ ਕੇ ਪਤਾ ਕਰ ਸਕਦੇ ਹੋ। ਹਾਲਾਂਕਿ ਹੁਣ ਜੇ ਉਹ ਉਦੋਂ ਉਹ ਵਿਕ ਚੁੱਕੇ ਸੀ ਸਾਰੇ, ਹੁਣ ਦਾ ਪਤਾ ਨਹੀਂ ਜੇ ਹੁਣ ਦੇ ਦੇਣ ਨਹੀਂ ਦੇ ਦੇਣ। ਅਤੇ ਰਜਿੰਦਰਾ ਹਸਪਤਾਲ 'ਚ ਫਿਰ ਝੂਠੀ ਅਤੇ ਇਹਦੀ ਰਿਪੋਰਟ ਬਣਾਈ ਗਈ ਕਿ ਇੱਦਾਂ ਮਰੀ ਉੱਦਾਂ ਮਰੀ, ਠੀਕ ਹੈ। ਫਿਰ ਕੁੜੀ ਦੇ ਭੋਗ 'ਤੇ ਤੂੰ ਇੱਕ ਲੀਡਰ ਥਾਈਂ 680,000 ਰੁਪਈਆ ਉਹਦੇ ਘਰ ਪਹੁੰਚਾਉਣਾ ਕੀਤਾ, ਨਹੀਂ ਕੀਤਾ ਤਾਂ ਦੱਸਦੇ, ਸਾਰੇ ਸਬੂਤ ਆ, ਨੇਤੇ ਦੇ ਨਾਮ ਵੀ ਦੱਸਾਂਗੇ ਆਉਣ ਵਾਲੇ ਦਿਨਾਂ 'ਚ, ਠੀਕ ਹੈ। ਅਤੇ ਜਦੋਂ ਘਰ ਵਾਲਿਆਂ ਨੇ ਵੇਖਿਆ ਕਿ ਸਾਨੂੰ 680,000 ਰੁਪਈਆ ਆਇਆ ਤਾਂ ਉਹਨਾਂ ਨੇ ਸੋਚਿਆ ਦਾਲ 'ਚ ਕੁਛ ਕਾਲਾ, ਉਹਨਾਂ ਨੇ ਕੇਸ ਕਰਨ ਦੀ ਸੋਚੀ। ਉਹ ਕੇਸ ਜਿਹੜਾ ਕੀਤਾ ਨਾ ਉਹਨਾਂ ਨੇ, ਉਹ ਵੀ ਤੈਨੂੰ ਦੱਸ ਦਿੰਦਾ, ਚੰਡੀਗੜ੍ਹ ਦਾ ਵਕੀਲ ਹੈ ਰਜਿੰਦਰ ਸਿੰਘ, ਜਿਹਦੇ ਕੇਸ ਅੱਜ ਵੀ, ਇਹ ਨਹੀਂ ਉਦੋਂ, ਅੱਜ ਵੀ ਪੇਂਡਿੰਗ 'ਚ ਪਿਆ ਵਾ ਉਹ ਕੇਸ, ਚੰਡੀਗੜ੍ਹ ਦਾ ਵਕੀਲ ਆ ਰਜਿੰਦਰ ਸਿੰਘ। ਫਿਰ ਲੈ ਦੇ ਕੇ ਤੂੰ ਜ਼ੋਰ ਪਵਾ ਕੇ ਸਾਰਾ ਮੰਤਰੀਆਂ ਤੋਂ ਉਰਾਂ ਪਰਾਂ ਜ਼ੋਰ ਪਵਾ ਕੇ ਤੂੰ ਉਹਨਾਂ ਨੂੰ 25,00,000 ਰੁਪਇਆ ਦੇਤਾ ਅਤੇ ਕੇਸ ਬੰਦ ਕਰਨ ਨੂੰ ਕਹਿਤਾ। ਕੇਸ ਉੱਦਾਂ ਉੱਤੇ ਉਤਲੇ ਰੂਪ 'ਚ ਬੰਦ ਹੋ ਗਿਆ, ਪਰ ਅੱਜ ਵੀ ਚੰਡੀਗੜ੍ਹ ਦੇ ਵਕੀਲ 'ਚ ਕੋਈ ਜਾ ਕੇ ਪੁੱਛ ਸਕਦਾ, ਚੰਡੀਗੜ੍ਹ 'ਚ ਜਾ ਕੇ ਵਕੀਲ ਰਜਿੰਦਰ ਸਿੰਘ, ਕਿ ਕੇਸ ਚੱਲਦਾ ਕਿ ਨਹੀਂ ਚੱਲਦਾ। ਚੋਰਿਆ, ਤੂੰ ਸੰਗਤ ਦੇ ਪੈਸੇ ਨਾਲ ਆਪਣੇ ਦੋਸ਼ ਢੱਕਣ, ਆਪਣੇ ਬਲਾਤਕਾਰ ਕੀਤੇ ਕਿ ਜਿਹੜੀਆਂ ਤੂੰ ਕੁੜੀਆਂ ਮਾਰੀਆਂ ਉਹਨਾਂ ਨੂੰ ਛੁਪਾਉਣ ਵਾਸਤੇ, ਇੱਕ ਤਾਂ ਤੂੰ ਕੁਕਰਮ ਕੀਤਾ, ਪਾਪ ਕੀਤਾ, ਹਾਲਾਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੀ ਕੁੜੀ ਦਾ ਕੁੜੀ ਮਾਰ ਅਤੇ ਨੜੀ ਮਾਰਨਾ ਰੋਟੀ ਬੇਟੀ ਦੀ ਸਾਂਝ ਨਹੀਂ ਪਾਉਣੀ, ਅਤੇ ਤੇਰੇ ਵਰਗੇ ਨੂੰ ਅੱਜ ਕੌਮੀ ਜਥੇਦਾਰ ਕੌਮੀ ਹੀਰਾ ਮੰਨਦੇ ਆ, ਤਾਂ ਉਹਦੇ ਬਾਅਦ ਤੂੰ ਟੀਕੇ ਲਵਾਉਣੇ ਸ਼ੁਰੂ ਕੀਤੇ, ਨਹੀਂ ਕੀਤੇ ਕਿ ਕੰਮ ਰੁਕਣ ਵਾਸਤੇ ਮੇਰੇ ਸਿਰ ਨੂੰ ਨਾ ਚੜ ਜੇ ਆਹ ਨਾ ਹੋ ਜੇ, ਫਿਰ ਮੈਂ ਟੈਸਟ ਕਰਾਊਂਗਾ ਕਿ ਮੈਂ ਤਾਂ ਜੀ ਬੇਅੰਗਮ ਆ, ਮੈਂ ਆਹ ਵਾਂ, ਮੈਂ ਉਹ ਹਾਂ,
ਟੀਕੇ ਲਵਾਉਣੇ ਤੋਂ ਤਾਂ ਸ਼ੁਰੂ ਕੀਤੇ 30,000 ਦਾ ਟੀਕਾ ਉਦਣ ਦੀ ਡੇਟ 'ਚ ਨਹੀਂ, ਤੈਨੂੰ ਅੱਜ ਵੀ ਟੀਕੇ ਲੱਗਦੇ 30,000 ਦਾ ਇੱਕ ਟੀਕਾ ਲੱਗਦਾ ਤੈਨੂੰ ਕਿ ਤੂੰ ਕਾਮ ਰੋਕ ਸਕੇ। ਕਿੱਡਾ ਵੱਡਾ ਨਿਰਲਾਜਿਆ ਤੂੰ ਚੋਰਾਂ। ਉਹਦੇ ਬਾਅਦ ਤੇਰੇ ਪੰਜਾਬ ਪਿਆਰਿਆਂ 'ਚ ਲੱਗਣ ਵਾਲਾ ਇੰਦਰਜੀਤ ਸਿੰਘ, ਜਿਹੜਾ ਕਹਿੰਦਾ ਨਾ ਮੇਰੀ 5-5-6-6 ਘੰਟੇ ਸਮਾਧੀ ਲੱਗਦੀ ਹੈ, ਪਰ ਅੰਦਰ ਜਾ ਕੇ ਵੇਖਣਾ ਸੀ ਉਹ ਸਮਾਧੀ ਕਿਹੜੀ ਕੁੜੀਆਂ ਨਾਲ ਗੱਲਾਂ ਕਰਦਾ ਸੀ। ਉਹ ਜਿਹੜੀ ਕੁੜੀ ਨਾਲ ਗੱਲਾਂ ਕਰਦਾ ਸੀ ਨਾ, ਜਦੋਂ ਉਹਨੇ ਆਖਿਆ ਮੇਰੇ ਨਾਲ ਵਿਆਹ ਕਰਾ ਤੇ ਭੱਜ ਗਿਆ ਉੱਥੋਂ, ਫਿਰ ਗੱਲ ਤੇਰੇ ਤੱਕ ਆਈ, ਫਿਰ ਕੁੜੀ ਨੇ ਆਖਿਆ ਮੈਂ ਸਾਰੇ ਰੌਲਾ ਪਾ ਦੇਣਾ, ਫਿਰ ਤੂੰ ਧੱਕੇ ਨਾ ਉਹਦਾ ਵਿਆਹ ਨਹੀਂ ਕਰਾਇਆ ਤਾਂ ਦੱਸ। ਹੁਣ ਇੰਦਰਜੀਤ ਨੂੰ ਪੁੱਛ, ਉਹਦੀ ਘਰਵਾਲੀ ਨੂੰ ਪੁੱਛ ਲੈ, ਜੇ ਆਹ ਭੇਡਾਂ ਨੂੰ ਨਹੀਂ ਵਿਸ਼ਵਾਸ ਆਇਆ ਤਾਂ ਇੰਦਰਜੀਤ ਉਹਦੀ ਘਰਵਾਲੀ ਨੂੰ ਪੁੱਛ ਲਿਓ ਜਾ ਕੇ ਕਿ ਵਿਆਹ ਕਰਵਾਇਆ ਕਿ ਨਹੀਂ ਜ਼ਬਰਦਸਤੀ ਲੜੀ ਨੇ ਉਸੇ ਨਾਲ। ਪਹਿਲਾਂ ਉਹ ਕਹਿੰਦਾ ਸੀ ਮੈਂ ਵਿਆਹ ਨਹੀਂ ਕਰਾਉਣਾ, ਫਿਰ ਜ਼ਬਰਦਸਤੀ ਵਿਆਹ ਕਰਵਾਇਆ ਉਹਦੇ ਨਾਲ। ਫਿਰ ਬਿੱਟੂ ਦੀ ਚੱਲ ਕਰ ਚਰਚਾ ਤਾਂ ਸਾਰਿਆਂ ਨੂੰ ਪਤਾ ਕਿ ਘੈਂਟ ਨਾ ਉਹ ਕੀ ਕੀਤਾ, ਉਹ ਘੈਂਟ ਦੀ ਵੋਟੀ ਤੂੰ ਜਿੱਥੇ ਛੜਾ ਕੇ ਜਿੱਥੇ ਦੁਬਾਰਾ ਵਿਆਹ ਕਰਾਏ ਨਾ, ਉਹ ਜਾਈ ਤੈਨੂੰ ਮੋਟੀਆਂ ਮੋਟੀਆਂ ਗਾਲਾਂ ਕੱਢਦੇ ਹੀ। ਮਾਂ ਦੀ ਗਾਲ ਦੇ ਕੇ ਕਹਿੰਦੇ ਸਾਲਾ ਬਾਬਾ ਆਪਣੇ ਡੇਰੇ 'ਚ ਬਲਾਤਕਾਰ ਕਰਦਾ ਹੀ ਅਤੇ ਵਿਆਹ ਫਿਰ ਕੁੜੀਆਂ ਦੇ ਛੁਡਵਾ ਕੇ ਸਾਡੇ ਰਿਸ਼ਤੇਦਾਰਾਂ ਦੇ ਜਾਂਦੇ, ਗਾਲਾਂ ਕੱਢਦੇ ਹੀ ਅਗਲੇ, ਅਤੇ ਤੈਨੂੰ ਉਹ ਪਰਿਵਾਰ ਕੀ ਚੰਗਾ ਸਮਝਦਾ ਹੋਊਗਾ ਕਿ ਜਿਹਦੇ ਨਾਲ ਅਸੀਂ ਜਿਹਦੇ ਨਾਲ ਬਿੱਟੂ ਨੇ ਜਿਹਦੇ ਨਾਲ ਰੇਪ ਕੀਤਾ ਉਹ ਸਾਡੇ ਘਰ ਬੈਠੀ ਹੈ, ਅਤੇ ਬਿੱਟੂ ਜਿਹੜਾ ਜੇਲ੍ਹ 'ਚ ਹੋਣਾ ਚਾਹੀਦਾ ਸੀ ਜਾਂ ਡੇਰੇ ਤੋਂ ਬਾਹਰ ਹੋਣਾ ਚਾਹੀਦਾ ਸੀ, ਉਹ ਡੇਰੇ 'ਚ ਬੈਠਾ ਵਾ ਟੱਟਰੀ ਦੀ ਸੱਜੀ ਬਾਂਹ ਬਣ ਕੇ। ਤੈਨੂੰ ਲੱਗਦਾ ਉਹ ਤੈਨੂੰ ਬਹੁਤ ਮਤਲਬ ਚੰਗਾ ਸਮਝਦੇ ਹੋਣਗੇ ਤੈਨੂੰ ਨਾ, ਮੇਰੇ ਚਾਹੁਣ ਵਾਲੇ ਮੈਨੂੰ ਪਿਆਰ ਕਰਨ ਵਾਲੇ ਤੈਨੂੰ ਉਹ ਪਿਆਰ ਕਰਦੇ ਹੋਣਗੇ, ਤੈਨੂੰ ਗਾਲਾਂ ਦਿੰਦੇ ਮੋਟੀਆਂ ਮੋਟੀਆਂ ਪਰ ਤੈਨੂੰ ਸ਼ਰਮ ਨਾ ਆਈ। ਵੈਸੇ ਆਹ ਚੀਜ਼ ਨਾ ਤੈਨੂੰ ਪਾਣੀ ਚੁੱਲੂ ਪਾਣੀ ਤਾਂ ਲੈਣਾ ਨਹੀਂ ਕਿਉਂਕਿ ਉਹ 'ਚ ਤਾਂ ਤੂੰ ਸਾਰਾ ਡੁੱਬ ਜਾਣਾ, ਤੂੰ ਕਰੀ ਕਿ ਢੱਕਣ ਪਾਣੀ ਲਈ ਇਹ 'ਚ ਨੱਕ ਡੋਬ ਕੇ ਮਰੀ ਨੱਕ ਡੋਬ ਕੇ। ਉਦਾਂ ਤੂੰ ਪੰਕਤੀ ਸੁਣਾਈ ਸੀ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ, ਤੂੰ ਨਿਲੱਜਿਆ ਨਿਲੱਜ ਇਹ ਢੱਕਣ 'ਚ ਪਾਣੀ ਲੈ ਕੇ ਤਾਂ ਨੱਕ ਡੋਬ ਕੇ ਮਰ ਜਾ ਕਿਉਂਕਿ ਚੁੱਲੂ 'ਚ ਤੂੰ ਸਾਰਾ ਆ ਜਾਣਾ। ਕਿੱਡਾ ਵੱਡਾ ਨਿਰਲਾਜ ਆ ਤੂੰ 2 ਕੌੜੀ ਦੇ ਪੈਸਿਆਂ ਲਈ, ਵੇਖ ਤਾਂ ਤੂੰ ਚੱਲ 2 ਕੌੜੀਆਂ ਲਈ ਜਾਂਦਾ, ਤੂੰ ਪੈਸੇ ਕਮਾਉਣੇ ਹੀ ਕਮਾ ਸਕਦਾ, ਪਰ ਤੂੰ ਕੀ ਇਲਜ਼ਾਮ ਲਾਏ, ਤੂੰ ਇੱਕ ਵਾਰੀ ਵੀ ਨਹੀਂ, ਤੂੰ 2-3 ਵੀਡੀਓ ਸ਼ਾਇਦ ਪਾਤੀਆਂ ਲਗਾਤਾਰ, ਉਹਨਾਂ 'ਚ ਤੂੰ ਇੱਕ ਹੀ ਗੱਲ ਕਹੀ ਜਿਹੜੀ ਹਾਲੇ ਤੱਕ ਨਾ ਲਿਖੀ ਨਾ ਕਿਸੇ ਨੇ ਕਹੀ, ਪਰ ਆਪਣੇ ਡੇਰੇ 'ਚ ਜੋ ਤੇਰੇ ਨਾਲ ਹੋ ਰਿਹਾ ਉਹਦਾ ਕੁਛ ਨਹੀਂ। ਬਸ ਤੇਰੀ ਹੁਣ ਜੇਲ੍ਹ ਤੱਕ ਦੌੜਿਆ ਜਿੱਦਾਂ ਸਰਸੇ ਸਾਧ ਦੀ ਸੀ ਨਾ, ਬਸ ਤੇਰੀ ਵੀ ਦੌੜ ਹੁਣ ਉੱਥੇ ਤੱਕ ਹੀ ਰਹਿ ਗਈ ਆ, ਜ਼ਿਆਦਾ ਦੂਰ ਦੀ ਨਹੀਂ ਆ। ਵੈਸੇ ਹਾਲੇ ਇਹਦੇ ਸਬੂਤ ਨਹੀਂ ਮਿਲੇ ਲਾਉਂਦੇ, ਉਹ ਵੀ ਤੈਨੂੰ ਸਾਹਮਣੇ ਕਰਾਂਗੇ ਕਿ ਤੇਰਾ ਕਹਿੰਦੇ ਖਾਨਦਾਨੀ ਅਸਰ ਜਾਂਦਾ ਵਾ, ਤੇਰਾ ਪਿਤਾ ਵੀ ਕਹਿੰਦੇ ਸੀ ਗੋਹੇਵਾਲੀ ਨਾਲ ਫੜਿਆ ਗਿਆ ਸੀ, ਪਰ ਇਹਦੇ ਹਾਲੇ ਮੈਂ ਪੱਕੀ ਗੱਲ ਨਹੀਂ ਕਰਦਾ, ਕੋਈ ਨਹੀਂ ਇਹਦੇ ਸਬੂਤ ਚੱਲਣ ਡੇ। ਬਾਕੀ ਜਿਹੜੇ ਸਬੂਤ ਮਿਲੇ ਸੀ ਇੰਦਰਜੀਤ ਵਾਲੀ ਗੱਲ ਤੋਂ ਝੂਠੀ ਸਾਬਤ ਕਰਦੇ ਜਾਂ ਰਮਨਦੀਪ ਵਾਲੀ ਝੂਠੀ ਕਰਦੇ ਕਿ ਕਿੱਦਾਂ ਕਿੱਦਾਂ ਮਾਰਿਆ ਕਿੱਦਾਂ ਕਿੱਦਾਂ ਗਰਭਵਤੀ ਕੀਤੀ ਹੈ, ਕੋਈ ਗੱਲ ਤੋਂ ਝੂਠੀ ਸਾਬਤ ਕਰਦੇ, ਬਿਲਕੁਲ ਸਬੂਤ ਤੈਨੂੰ ਪੂਰੇ ਦਿੱਤੇ ਆ, ਠੀਕ ਹੈ। ਅਤੇ ਉਹ ਤੇਰੇ ਪਿਓ ਵਾਲੀ ਵੀ ਗੱਲ ਆਉਣ ਥੋੜ੍ਹੇ ਦਿਨ ਰੁਕ ਜਾ, ਉਹ ਪੱਕੇ ਸਬੂਤ ਮਿਲ ਲੈਂਦੇ ਫਿਰ ਤੈਨੂੰ ਕੱਲ੍ਹ ਦੱਸਾਂਗੇ। ਉਹਦੇ ਬਾਅਦ ਤੂੰ ਕਿੱਦਾਂ ਉਹ ਜਦੋਂ ਗੋਹੇਵਾਲੀ ਦਾ ਰੌਲਾ ਪਿਆ, ਉਹਦੇ ਬਾਅਦ ਜਦੋਂ ਪਿੰਡ ਵਾਲੇ ਨੇ ਰੌਲਾ ਪਾਇਆ, ਤੂੰ ਕਿੱਦਾਂ ਫਿਰ ਉੱਥੋਂ ਆਪਣੇ ਪਿਓ ਨੂੰ ਸਮਾਣੇ ਪਹੁੰਚਾਇਆ, ਕੋਠੀ ਕਪਾ ਕੇ ਦਿੱਤੀ ਸੰਗਤ ਦੇ ਮਾਇਆ ਨਾਲ, ਅਤੇ ਤੂੰ ਕਹਿੰਦਾ ਨਾ ਮੇਰਾ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ, ਅਤੇ ਜਿਹੜੀ ਤੂੰ 4-7 ਕਰੋੜ ਦੀ ਆਪਣੇ ਪਿਓ ਨੂੰ ਕੋਠੀ ਪਾ ਕੇ ਦਿੱਤੀ, ਤੂੰ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ ਕਿ ਤੇਰੇ ਪਿਓ ਦੇ ਨਾਮ ਆ, ਕਿਹਦੇ ਨਾਮ ਆ ਉਹ ਰੌਲਾ ਪਾਉਣਾ ਕੀ ਹੈ, ਸਾਰੇ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਨ, ਓਏ ਉਹ ਬਾਲੀ ਬੱਚੇ ਆ ਗੁਰੂ ਦੇ ਦੱਸੇ ਹੁਕਮ 'ਤੇ ਚੱਲਦੇ ਆ, ਤੇਰੇ ਵਾਂਗੂ ਨਹੀਂ 30,000 ਟੀਕਾ ਲਾਉਂਦੇ ਸੰਗਤ ਦੀ ਮਾਇਆ ਨਾਲ, ਨਾ ਉਹਨਾਂ ਨੇ ਇੰਨੇ ਇੰਨੇ 4-4-5-5 ਲੱਖ ਦੀ ਕਰੋੜ ਦੀ ਕੋਠੀਆਂ ਪਾਈਆਂ, ਉਹ ਨੋਰਮਲ ਘਰਾਂ 'ਚ ਰਹਿੰਦੇ ਆ, ਘਰ ਪਰਿਵਾਰ ਚਲਾਉਂਦੇ ਆ, ਪਰ ਤੈਨੂੰ ਕੀ ਪਤਾ ਘਰ ਪਰਿਵਾਰ ਕਿੱਦਾਂ ਚੱਲਣਾ, ਤੈਨੂੰ ਤਾਂ ਇੰਨਾ ਪਤਾ ਵਾ ਕਿ ਮੈਂ ਬਸ ਮੇਰਾ ਅਗਰ ਕੋਈ ਚੇਲਾ ਆਹ ਕਰ ਜੇ ਮੈਂ ਉਹਨੂੰ ਸੈਟਲ ਕਿੱਦਾਂ ਕਰਾਉਣਾ ਵਾ, ਅਤੇ ਕੋਈ ਜੇ ਮੁੱਦਾ ਬਣ ਜੇ ਮੈਂ ਛੇਤੀ ਛੇਤੀ ਪੈਸੇ ਕਿੱਦਾਂ ਕਮਾਉਣੇ ਆ, ਇਹ ਤੈਨੂੰ ਪਤਾ ਲੱਗ ਜਾਂਦਾ ਚੋਰਿਆ। ਅਤੇ ਆਹ ਹੋ ਸਕਦਾ ਛੇਤੀ ਤੋਂ ਛੇਤੀ ਆ ਫਾਈਲ ਖੁੱਲੂਗੀ, ਅਤੇ ਜੇ ਚਲੋ ਅਕਾਲ ਤਖ਼ਤ ਵੱਲੋਂ ਕੁਛ ਨਾ ਹੋਇਆ, ਨਾ ਇਹਨੂੰ ਛੇਕਿਆ ਗਿਆ, ਨਾ ਕੋਈ ਸਜ਼ਾ ਲਾਈ ਗਈ, ਅਤੇ ਕੋਈ ਨਹੀਂ ਕਾਨੂੰਨ ਹੈਗਾ, ਫਾਈਲ ਖੁੱਲ੍ਹਣੀ ਖੁੱਲ੍ਹਣੀ ਆ, ਤਾਂ ਇਹ ਨਾ ਸੋਚੀ ਕਿ ਫਾਈਲ ਨਹੀਂ ਖੁੱਲ੍ਹਣੀ, ਮੇਰੇ ਮਗਰ ਬਹੁਤ ਆ, ਮੈਨੂੰ ਪਿਆਰ ਕਰਨ ਵਾਲੇ ਬਹੁਤ ਆ, ਉਹ ਸਰਸੇ ਸਾਧ ਮਗਰ ਵੀ ਬਹੁਤ ਸੀ, ਪਰ ਜਦੋਂ ਕੇਸ ਖੁੱਲ੍ਹਣ 'ਤੇ ਆ ਜਾਂਦੇ ਨਾ ਉਹ ਤਾਂ ਫਿਰ ਉੱਥੇ ਕੁਛ ਨਹੀਂ ਚੱਲਦਾ, ਆ ਪੈਸਾ ਟਕਾ ਮੰਤਰੀ ਆ ਜਿਹੜੇ 25 ਲੱਖ ਜਾਂ 6 ਲੱਖ ਦੇ ਕੇ ਇਹ ਨਹੀਂ ਚੱਲਣੇ ਉੱਥੇ, ਬਸ ਤੂੰ ਅੰਦਰ ਹੋਇਆ ਲੈ
ਪਰ ਚੰਗੀ ਗੱਲ ਆ, ਮੈਂ ਚਾਹੁੰਦਾ ਕਿ ਅਕਾਲ ਤਖ਼ਤ ਤੈਨੂੰ ਇੱਧਰੋਂ ਅੰਦਰ ਕਰਾਵੇ, ਤੈਨੂੰ ਪੰਥ 'ਚੋਂ ਠੇਕੇ ਅਤੇ ਤੈਨੂੰ ਅੰਦਰ ਕਰਾਵੇ ਕਿ ਤੂੰ ਜਿਹੜੇ ਦੋਸ਼ ਲਾਏ ਆ ਗੁਰੂ ਗੋਬਿੰਦ ਸਿੰਘ ਮਾਤਾ 'ਤੇ, ਇਸ ਜ਼ੁਲਮ 'ਚ ਤੈਨੂੰ ਦੋਸ਼ ਅੰਦਰ ਕਰਾਵੇ। ਇਹ ਨਾ ਹੋਵੇ ਅਕਾਲ ਤਖ਼ਤ ਵਾਲਿਆਂ ਦੇ ਵੀ ਕਿ ਇਹ ਲਿਖਤੀ ਰੂਪ 'ਚ ਘੱਲ ਦੇ ਤਾਂ ਤੁਸੀਂ ਮਾਫ਼ੀ ਦੇ ਜਾਓ। ਮਾਫ਼ੀ ਉਦੋਂ ਤੱਕ ਨਹੀਂ ਜਦੋਂ ਤੱਕ ਆ ਕੇ ਇਹਨੂੰ ਤਨਖਾਹ ਨਾ ਲੱਗੇ। ਅਕਾਲ ਤਖ਼ਤ 'ਤੇ ਆਵੇ, ਨਤਮਸਤਕ ਹੋਵੇ, ਤਨਖਾਹ ਨਾ ਲੱਗੇ ਜਦੋਂ ਤੱਕ, ਉਦੋਂ ਤੱਕ ਮਾਫ਼ੀ ਕੋਈ ਨਹੀਂ। ਪਹਿਲੀ ਗੱਲ ਤਾਂ ਇਹਨੂੰ ਪੰਥ 'ਚੋਂ ਛੇਕੋ, ਛੇਕ ਕੇ ਸਿੱਧਾ ਇਹਨੂੰ ਸੁੱਟੋ ਅੰਦਰ ਜੇਲ੍ਹ ਦੇ ਵਿੱਚ। ਆ ਇੰਨੇ ਕੁਛ ਰੱਖਿਆ ਮੈਂ, ਬਾਕੀ ਵੀ ਸਬੂਤ ਬਹੁਤ ਇੰਨਾ ਕੁਛ ਪਿਆ। ਇੱਕ ਗੱਲ ਹੋਰ, ਜਿਹੜਾ ਤੂੰ ਬਾਹਰ ਜਾ ਕੇ ਆਉਂਦਾ ਨਾ ਮੈਨੂੰ ਸੋਨੇ ਦਾ ਮੈਡਲ ਪਾਓ, ਉੱਥੇ ਤੂੰ ਆਪ ਜਾ ਕੇ ਮੰਗਦਾ ਹਾਂ ਕਿ ਮੈਨੂੰ ਸੋਨੇ ਦਾ ਮੈਡਲ ਪਾਓ, ਪਰ ਹੁਣ ਤੂੰ ਸੰਗਤ ਨੂੰ ਅੰਦਰ ਆਉਣ 'ਤੇ ਮੈਡਲ ਉਹਨਾਂ ਹਾਲੇ ਵੀ ਰੱਖੀ, ਜੁੱਤੀਆਂ ਦੇ ਮੈਡਲ ਰੱਖੇ, ਹੁਣ ਤੂੰ ਕੀ ਸਕੂਟੀ ਚੋਰਿਆ ਅੱਠ ਫੇਲਾ ਸਕੂਟੀ, ਤੂੰ ਸਕੂਟੀ ਲਾ ਲਈ, ਸਕੂਟੀ ਨਾ ਜਿਹੜੀ ਸੰਗਤ ਅੱਜ ਵੀ ਤੈਨੂੰ ਮੈਡਲ ਪਾਉਣ ਨੂੰ ਤਿਆਰ ਆ, ਪਰ ਤੂੰ ਆ ਸਕੂਟੀ ਜਿਹੜੀ ਆ ਨਾ ਆਪਣੀ ਅੱਠ ਫੇਲ ਵਾਲੀ, ਇਹਨੂੰ ਹਟਾ, ਤੈਨੂੰ ਉਦੋਂ ਤੂੰ ਸੋਨੇ ਦੇ ਮੈਡਲ ਮੰਗਦਾ ਹਾਂ, ਬੇਸ਼ਰਮਾ। ਅੱਜ ਸੰਗਤ ਅੱਜ ਵੀ ਦੇਣ ਨੂੰ ਤਿਆਰ ਆ, ਅੱਜ ਉਹ ਜੁੱਤੀਆਂ ਦੇ ਆ, ਕਿਸੇ ਦੇ 5 ਨੰਬਰ ਦੀ, 6 ਨੰਬਰ ਦੀ, 7 ਨੰਬਰ ਦੀ, 8 ਨੰਬਰ ਦੀ, ਮੇਰੇ ਤਾਂ 10 ਨੰਬਰ ਦੀ ਆਉਂਦੀ ਆ, ਉਹ ਦੇਣ ਨੂੰ ਸੰਗਤ ਤਿਆਰ ਆ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਹਾਨੂੰ ਵੀ ਢੱਡਰੀਆਂ ਵਾਲੇ ਦੇ ਲੱਗਣ ਵਾਲੇ ਇਹ ਆਰੋਪ ਸਹੀ ਲੱਗਦੇ ਹਨ ਜਾਂ ਨਹੀਂ। ਇਸ ਦੇ ਨਾਲ ਇਸੇ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।